ਕਹਿੰਦੇ ਜੈ ਬਾਬੇ ਦੀ, ਜੈ ਬਾਬੇ, ਖੜੇ ਕਰਕੇ ਕਹੋ ਜੈ ਬਾਬੇ ਦੀ, ਜੈ ਬਾਬੇ। 12 ਸਾਲ ਦੀ ਉਮਰ ਸੀ ਜਦੋਂ ਮੇਰਾ ਬਾਬਾ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਚਲਾ ਗਿਆ। ਤੁਹਾਡੇ 12 ਦਿਨ ਵਾਸਤੇ ਤੁਹਾਡਾ ਪੁੱਤਰ ਮੰਗਣੇ ਦੇਵੋਗੇ, ਦੇ ਸਕਦੇ ਹੋ? ਨਹੀਂ ਦੇ ਸਕਦੇ। ਕ੍ਰਿਸ਼ਨ ਭਗਵਾਨ ਜੀ ਜਿਹਨਾਂ ਵਿੱਚ ਪੈਦਾ ਹੋਇਆ, ਕਿਆ ਉਹਨਾਂ ਨੇ ਦੁੱਖ ਨਹੀਂ ਝੱਲੇ? ਸ਼੍ਰੀ ਰਾਮ ਚੰਦਰ ਜੀ ਭਗਵਾਨ ਜਿਹਨਾਂ ਨੂੰ 14 ਵਰਸ਼ ਦਾ ਵਨਵਾਸ ਹੋਇਆ, ਕਿਆ ਉਹਨਾਂ ਨੇ ਕਸ਼ਟ ਨਹੀਂ ਸਹੇ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਨਾਂ ਨੇ ਆਪਣਾ ਪੂਰਾ ਵੰਸ਼ ਵਾਰ ਦਿੱਤਾ, ਇੱਕ ਵਾਰ ਤਾਲੀ ਬਚਾ ਦਿਓ ਉਹਨਾਂ ਨੂੰ। ਸਤਿ ਸ੍ਰੀ ਅਕਾਲ। ਜੇ ਅੱਜ ਸਾਡੇ ਮੱਥਿਆਂ ਤੇ ਟਿੱਕੇ ਲੱਗੇ ਆ ਸਰਦਾਰ ਜੀ, ਜਗਰਾਤੇ ਹੋ ਰਹੇ ਨੇ, ਘਰਾਂ 'ਚ ਜੋਤਾਂ ਜਗ ਰਹੀਆਂ ਨੇ, ਤੁਹਾਡੇ ਮੱਥੇ ਤੇ ਟਿੱਕੇ ਲੱਗੇ ਆ, ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਦੌਲਤ ਹੈ। ਇੱਕ ਵਾਰ ਕੱਚ ਬੱਜ ਕੇ ਤਾਲੀ ਬਜਾ ਰਹੇ ਨੇ। ਜਿਹਨਾਂ ਦੇ ਦਰ ਤੇ ਜਾ ਕੇ ਅਸੀਂ ਦੱਖ ਰਗੜਦੇ ਆ, ਕਸ਼ਟ ਤਾਂ ਉਹਨਾਂ ਨੇ ਵੀ ਸਹੇ ਆ, ਅਸੀਂ ਆਪਣੇ ਦੁੱਖਾਂ ਨੂੰ ਰੋਕ ਰਹੇ। ਪਰਮਾਤਮਾ, ਮੇਰੇ ਤੋਂ ਕਿਹੜੀ ਗਲਤੀ ਹੋ ਗਈ ਜੋ ਮੇਰੇ ਨਾਲ ਇੰਚ ਹੋ ਗਈ? ਭਗਤੋ, ਸੋਚੋ, ਜਿਹਦੇ ਦਰ ਤੇ ਜਾ ਕੇ ਨੱਕ ਰਗੜਦੇ ਆ, ਉਹਨੇ ਐਨੇ ਦੁੱਖ ਚੱਲੇ ਆ, ਉਹ ਸਾਨੂੰ ਇਹੀ ਦੱਸਦਾ ਹੈ ਤੂੰ ਵੀ ਆਪਣੇ ਕਰਮ ਸਿੱਧੇ ਕਰ। ਜਿਵੇਂ ਦੁਨੀਆ ਅੱਜ ਮੈਨੂੰ ਯਾਦ ਕਰਦੀ ਹੈ ਨਾ, ਕੱਲ੍ਹ ਨੂੰ ਤੈਨੂੰ ਵੀ ਯਾਦ ਕਰੇਗੀ। ਪਰ ਦੇਹ ਤੇ ਜੋਗੀ ਆਵੇ ਤੈਨੂੰ ਲੋਟ ਚੜਾਵਾਂਗੇ। ਤੇਰੀ ਉਮਰ ਛੋਟੀ ਜੀ ਹੈ, ਤੂੰ ਇੱਥੇ ਕੀ ਕਰਨ ਆਇਆ?
ਕਹਿੰਦੇ ਆ ਗੁਰੂ ਮਹਾਰਾਜ ਮੈਂ ਤੁਹਾਡੀ ਸੇਵਾ ਵਿੱਚ ਆਇਆ ਹਾਂ, ਤਾਂ ਹੀ ਕਹਿੰਦੇ ਸ਼ਾਹ ਜੀ ਦਾ ਭਗਤ ਨਹੀਂ ਪਰ ਗੁਰੂ ਬਿਨਾ। ਗੁਰੂ ਤਾਂ ਸ਼੍ਰੀ ਰਾਮ ਚੰਦਰ ਜੀ ਦੇ ਵੀ ਹੋਏ, ਗੁਰੂ ਕ੍ਰਿਸ਼ਨ ਭਗਵਾਨ ਦੇ ਵੀ ਹੋਏ ਹੈ। ਇਨਸਾਨ ਨੂੰ ਜ਼ਿੰਦਗੀ 'ਚ ਗੁਰੂ ਜ਼ਰੂਰ ਬਣਾਉਣਾ ਚਾਹੀਦਾ ਹੈ, ਜਿਹੜੇ ਬੇਗੁਰੇ ਨੇ ਉਹ ਗੁਰ ਧਾਰ ਲਓ, ਬੇੜਾ ਤਾਂ ਹੀ ਪਾਰ ਹੋਣਾ। ਨਾ ਇੱਥੇ ਜਿੱਥੇ ਥਾਂ ਮਿਲਦੀ ਹੈ, ਨਾ ਉੱਥੇ ਜਾ ਕੇ ਥਾਂ ਮਿਲਦੀ ਹੈ। ਕਹਿੰਦੇ ਤੂੰ ਆਪਣੇ ਘਰ ਵਾਪਿਸ ਚਲਾ ਜਾ, ਤੇਰੇ ਮਾਤਾ ਪਿਤਾ ਤੇਰਾ ਇੰਤਜ਼ਾਰ ਕਰ ਰਹੇ ਹੋਣੇ। ਮੈਂ ਆਪਣੇ ਮਾਤਾ ਪਿਤਾ ਕੋਲ ਜਾਣ ਵਾਸਤੇ ਤੁਹਾਡੇ ਕੋਲ ਤਾਂ ਆਇਆ ਨਹੀਂ, ਫਿਰ ਕੀ ਕਰਨਾ? ਮੈਂ ਤੁਹਾਡੇ ਚਰਨਾਂ 'ਚ ਇਸ ਕਰਕੇ ਆਇਆ ਹਾਂ ਗੁਰੂ ਮਹਾਰਾਜ ਕਿ ਤੁਹਾਡੇ ਆਸ਼ੀਰਵਾਦ ਪ੍ਰਾਪਤ ਕਰਕੇ ਮੈਂ ਸਾਰੇ ਸੰਸਾਰ ਦਾ ਭਲਾ ਕਰਨਾ ਹੈ। ਮੇਰੇ ਜੋਗੀ ਵਾਸਤੇ ਤਾੜੀਆਂ ਵਜਾਓ, ਸਾਰੇ ਸੰਸਾਰ ਦਾ ਭਲਾ ਕਰਨਾ ਹੈ। ਅੱਜ ਕੱਲ੍ਹ ਦੇ ਨਿਆਣੇ ਕਹਿੰਦੇ ਮੇਰੀ ਆਪਣੀ ਜੇਬ ਭਰ ਜਾਵੇ ਉਹੀ ਥੋੜ੍ਹੀ, ਉਹਨੇ ਸੱਚੇ ਦਰਬਾਰ ਕੀ, ਉਹ ਤੂੰ ਭਲਾ ਕਿਵੇਂ ਕਰੇਗਾ? ਤੈਨੂੰ ਪਤਾ ਉਹਦੇ ਵਾਸਤੇ ਕਿੰਨਾ ਕੁਛ ਕਰਨਾ ਪੈਣਾ ਹੈ? ਉਸਦੇ ਵਾਸਤੇ ਤੈਨੂੰ ਜੋਬ ਕਰਨਾ ਪੈਣਾ, ਕੀ ਕਰਨਾ ਪੈਣਾ ਹੈ? ਉੱਚੀ ਬੋਲਣਾ, ਕੀ ਕਰਨਾ ਹੈ? ਜੋਬ ਕਰਨਾ ਪੈਣਾ ਹੈ। ਸੰਸਾਰ ਦੇ ਵਿੱਚ ਕੋਈ ਐਸਾ ਜੱਤੀ ਹੋਣਾ ਚਾਹੀਦਾ ਹੈ ਜਿਹੜਾ ਬਿਨਾਂ ਅੰਨ ਖਾਏ ਬਿਨਾਂ ਪਾਣੀ ਪੀਏ ਸੰਸਾਰ ਦਾ ਭਲਾ ਕਰੇ। ਜੇ ਤੂੰ ਕਰ ਸਕਦਾ ਹੈ ਤਾਂ ਗੱਲ ਕਹਿ ਦੇ, ਤਾੜੀ ਵਜਾ ਦੇ ਵਿੱਚ ਵੱਜ ਕੇ। ਹਾਂ ਬਾ ਗੁਰੂ ਜੀ ਮੈਂ ਤਿਆਰ ਹੋ ਸਕਦਾ ਵਾ। ਉਹਨਾਂ ਨੇ ਧੁਰਤੀ ਬਾਣੀ ਪੜ੍ਹੀ ਹੈ, ਚੌਂਕੜਾ ਲਗਾ ਕੇ ਯੋਗ ਕੀਤਾ ਹੈ ਤਾਂ ਮੇਰੇ ਪੂਣਾ ਹਰੀ ਨੂੰ ਜੋਗੀ ਕਿਹਾ ਜਾਂਦਾ ਹੈ। ਉਹਨਾਂ ਨੇ ਹਵਾ ਦਾ ਆਹਾਰ ਕੀਤਾ ਹੈ ਤਾਂ ਕਰਕੇ ਪੂਣਾ ਹਰੀ ਕਿਹਾ ਜਾਂਦਾ ਹੈ। ਬੋਲੇ ਸੱਚੇ ਦਰਬਾਰ ਕੀ। ਸੁਣਾਓ ਉਸ ਜੋਗੀ ਤੋਂ ਅਸੀਂ ਵੀ ਕੁਝ ਮੰਗ ਲਈਏ, ਜਿਹੜੇ ਮੇਰੇ ਪੂਣਾ ਹਰੀ ਤੋਂ ਕੁਝ ਮੰਗਣਾ ਚਾਹੁੰਦੇ ਹੱਥ ਖੜੇ ਕਰਕੇ ਬੋਲੇ ਦੇ ਤੇ ਜੋਗੀ ਜਗਰਾ ਪਾ।